ਮਿਲਨਰ ਟਰੈਕਟਰ ਲਿਮਿਟਡ ਦਾ YouTube ਚੈਨਲ ਵੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਖੁਸ਼ਾਮਦੀਦ ਤੇ ਅਸਲਾਮੁ ਅਲੈਕਮ। ਇਸ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਟਰੈਕਟਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਹਫ਼ਤਾਵਾਰ ਇਕਦਾਮ ਕਿਹੜੇ ਨੇ। ਆਇਲ ਬਾਥ, ਏਅਰ ਕਲੀਨਰ ਆਇਲ ਦਾ ਲੈਵਲ ਚੈੱਕ ਕਰੋ ਤੇ ਜੇ ਅਗਰ ਘੱਟ ਹੈ ਤੇ ਪੂਰਾ ਕਰੋ। ਰੈਡੀਏਟਰ ਤੇ ਆਇਲ ਕੂਲਰ ਦੀ ਜਾਲੀਆਂ ਨੂੰ ਚੈੱਕ ਕਰੋ ਤੇ ਸਾਫ ਕਰੋ। ਸਾਰੇ ਗਰੀਸ ਪੁਆਇੰਟਸ ਨੂੰ ਗਰੀਸ ਦਵੋ। ਟਾਇਰ 'ਚ ਹਵਾ ਦਾ ਦਬਾਓ ਮਕਰਰਾ ਪੈਮਾਨੇ ਤੱਕ ਚੈੱਕ ਕਰੋ ਤੇ ਜੇ ਅਗਰ ਘੱਟ ਹੋਏ ਤੇ ਪੂਰਾ ਕਰੋ। ਬੈਟਰੀ 'ਚ ਇਲੈਕਟ੍ਰੋਲਾਈਟ ਲੈਵਲ ਚੈੱਕ ਕਰੋ ਤੇ ਪੂਰਾ ਕਰੋ। ਫੈਨ ਬੈਲਟ ਦਾ ਤਣਾਅ ਚੈੱਕ ਕਰੋ ਤੇ ਅਗਰ ਢਿੱਲਾ ਹੋਏ ਤੇ ਟਾਈਟ ਕਰ ਦਿਓ। ਇੰਜਨ ਦੇ ਘੱਟ ਤੋਂ ਘੱਟ ਤੇ ਜ਼ਿਆਦਾ ਤੋਂ ਜ਼ਿਆਦਾ ਚੱਕਰ ਚੈੱਕ ਕਰੋ ਤੇ ਕਿਸੇ ਖਰਾਬੀ ਦੀ ਸੂਰਤ 'ਚ ਸਾਡੇ ਬਾਖਤਿਆਰ ਡੀਲਰ ਜਾਂ ਮਨਜ਼ੂਰਸ਼ੁਦਾ ਵਰਕਸ਼ਾਪ ਤੋਂ ਠੀਕ ਕਰਵਾਓ। ਮਿਲਨਰ ਟਰੈਕਟਰ ਖਰੀਦਣ ਤੇ ਸਾਡੇ ਨਾਲ ਤਾਵਨ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਹੋਰ ਮਾਲੂਮਾਤ ਵਾਸਤੇ ਸਾਡੇ ਨਜ਼ਦੀਕੀ ਇਲਾਕਾਈ ਦਫ਼ਤਰਾਂ 'ਚ ਰਾਬਤਾ ਕਰ ਸਕਦੇ ਹੋ। ਸਾਡੀ ਇਹ ਕੋਸ਼ਿਸ਼ ਹੈ ਕਿ ਮਿਲਨਰ ਟਰੈਕਟਰ ਲਿਮਿਟਡ ਆਫੀਸ਼ੀਅਲ ਦੀ ਇਸ ਖਾਸ ਵੀਡੀਓ ਦੇ ਜ਼ਰੀਏ ਤੁਹਾਡੇ ਇਲਮ 'ਚ ਖਾਤਰ ਖਾਂ ਇਜ਼ਾਫਾ ਹੋਵੇ ਤੇ ਤੁਸੀਂ ਆਪਣੇ ਟਰੈਕਟਰ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕੋ। ਅਸੀਂ ਆਪਣੀ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਟਰੈਕਟਰ ਨਾਲ ਹੱਲ ਲਾਉਣਾ ਤੇ ਉਤਾਰਨ ਦਾ ਸਹੀ ਤਰੀਕਾ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਅਗਲੀ ਵੀਡੀਓ ਪੂਰੀ ਦਿਲਚਸਪੀ ਨਾਲ ਵੇਖੋਗੇ ਤੇ ਸਾਨੂੰ ਆਪਣੀ ਕੀਮਤੀ ਰਾਏ ਜ਼ਰੂਰ ਦੇਵੋਗੇ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ।